ਰਾਣੀ ਝਾਂਸੀ ਅਤੇ ਸ਼ਕਤੀ ਮਹਿਲਾ ਸਹਾਇਤਾ ਕੇਂਦਰ ਦੇ ਵੱਲੋਂ ਗੁੱਜਰਪੁਰਾ ਅਤੇ ਅਨਗੜ੍ਹ ਸਿਲਾਈ ਕੇਂਦਰ 'ਚ ਪ੍ਰਸ਼ਿਕਸ਼ਣ ਪ੍ਰਾਪਤ ਕਰ ਚੁੱਕੀ ਛਾਤਰਾਵਾਂ ਨੂੰ ਸਿਲਾਈ ਮਸ਼ੀਨਾਂ ਅਤੇ ਪ੍ਰਮਾਣ ਪੱਤਰ ਵੰਡੇ ਗਏ। ਇਸ ਤੋਂ ਪਹਿਲਾਂ ਮਨਦੀਪ ਘਈ ਦੇ ਨਿਰਦੇਸ਼ਨ 'ਚ ਨਸ਼ਿਆਂ ਦੇ ਵਿਰੁੱਧ ਨਾਟਕ ਵੀ ਪੇਸ਼ ਕੀਤਾ ਗਿਆ, ਜਿਸ ਨੂੰ ਹਜ਼ਾਰਾਂ ਲੋਕਾਂ ਨੇ ਸਰਾਇਆ ਅਤੇ ਬਹੁਤ ਲੋਕਾਂ ਨੇ ਸੰਕਲਪ ਲਿੱਤਾ ਕਿ ਉਹ ਨਸ਼ਿਆਂ ਤੋਂ ਦੂਰ ਰਹਿਣਗੇ। ਰਾਣੀ ਝਾਂਸੀ ਸੁਸਾਇਟੀ ਅਤੇ ਸ਼ਕਤੀ ਮਹਿਲਾ ਵਾਲਿਆਂ ਨੇ ਇਹਨਾਂ ਨੇ ਔਰਗਨਾਈਜ਼ ਕੀਤਾ ਇੱਕ ਫੰਕਸ਼ਨ। ਬੇਸਿਕਲੀ ਇਹ ਹੈਗਾ ਡਰੱਗਸ ਅਗੇਂਸਟ, ਸ਼ਰਾਬ ਦੇ ਅਗੇਂਸਟ ਅਤੇ ਜਿਹੜੀਆਂ ਕੁਰੀਤੀਆਂ ਨੇ ਸੁਸਾਇਟੀ ਦੇ ਵਿੱਚ ਆਈਆਂ, ਅਤੇ ਅਲੋਂਗ ਵਿਦ ਦੈਟ ਦੇ ਆਰ ਫੋਲੋਇੰਗ ਦ ਚੈਰਿਟੀ ਆਲਸੋ। ਜਿਹੜੀਆਂ ਲੜਕੀਆਂ ਇੱਥੇ ਆਈਆਂ ਨੇ ਉਹਨਾਂ ਸਾਰਿਆਂ ਨੂੰ ਮਸ਼ੀਨ ਉਹਨਾਂ ਨੇ ਦਿੱਤੀ ਹੈ ਐਜ਼ ਏ ਸੋਵੇਨਰ 'ਤੇ ਜਾ ਕੇ ਉਹ ਆਪਣੀ ਇੰਪਲੋਇਮੈਂਟ ਜਨਰੇਟ ਕਰਨ। ਉਹਦੇ ਨਾਲ ਇਕਨੋਮਿਕ ਕੰਡੀਸ਼ਨ ਇੰਪਰੂਵ ਹੋਏਗੀ ਕੰਪਨੀ ਦੇ ਵਿੱਚੋਂ, ਅਤੇ ਲੋਕਾਂ ਨੂੰ ਨਸ਼ੇ ਛਡਾਉਣ ਲਈ ਇਹਨਾਂ ਨੇ ਬਹੁਤ ਅੱਛਾ ਮੈਸੇਜ ਦਿੱਤਾ। ਇਸ ਪਿਓਰਲੀ ਚੈਰੀਟੇਬਲ ਫੰਕਸ਼ਨ, ਅਵੇਅਰਨੈਸ ਫਾਰ ਦਾ ਸੋਸ਼ਲ ਅਪਲਿਫਟਮੈਂਟ ਐਂਡ ਆਲ ਦੈਟ, ਸੋ ਵੀ ਸ਼ੁੱਡ ਸਪੋਰਟ, ਆਲ ਆਫ ਅਸ ਸ਼ੁੱਡ ਸਪੋਰਟ ਦੈਮ। ਅੱਜ ਅਸੀਂ ਇਹ ਤੈਅ ਕੀਤਾ ਕਿ ਜਿਹੜੀਆਂ ਬੱਚੀਆਂ ਗੁੱਜਰਪੁਰਾ ਸਕੂਲ 'ਚੋਂ ਪਾਸ ਹੋ ਰਹੀਆਂ ਅਤੇ ਅਨਗੜ੍ਹ 'ਚੋਂ, ਉਹਨਾਂ ਨੂੰ ਸਰਟੀਫਿਕੇਟ ਅਤੇ ਸਿਲਾਈ ਮਸ਼ੀਨਾਂ ਜਿਹੜੀਆਂ ਚੌਕ ਗੁੱਜਰਪੁਰਾ ਹੀ ਦਿੱਤੀਆਂ ਜਾਣ, ਤਾਂ ਕਿ ਇੱਕ ਤਾਂ ਨਸ਼ਿਆਂ ਦੇ ਵਿਰੁੱਧ ਸੰਦੇਸ਼ ਆਏਗਾ, ਇੱਕ ਲੋਕਾਂ ਨੂੰ ਸਕੂਲ ਬਾਰੇ ਜਾਣਕਾਰੀ ਮਿਲੇਗੀ, ਜ਼ਿਆਦਾ ਤੋਂ ਜ਼ਿਆਦਾ ਬੱਚੇ ਇੱਥੇ ਸਿੱਖਣ ਲਈ ਆਉਣਗੇ। ਪਰ ਮੈਨੂੰ ਅਫਸੋਸ ਹੈ ਕਿ ਸਰਕਾਰ ਨਸ਼ਿਆਂ ਦੇ ਵਿਰੁੱਧ ਦੀ ਗੱਲ ਤਾਂ ਕਰਦੀ ਹੈ ਪਰ ਸ਼ਰਾਬ ਵੇਚਣ 'ਚ ਕੰਪੀਟੀਸ਼ਨ ਹੋ ਰਹੀ ਹੈ, ਔਰ ਵਿੱਤ ਮੰਤਰੀ ਤਾਂ ਕਹਿੰਦੇ ਹੈ ਕਿ ਜੇ ਸ਼ਰਾਬ ਜ਼ਿਆਦਾ ਨਾ ਵਿਕੀ ਤਾਂ ਪੰਜਾਬ ਦਾ ਖਰਚ ਕਿੱਦਾਂ ਚੱਲੇਗਾ। ਜਦ ਤੱਕ ਸ਼ਰਾਬ ਵਿਕਦੀ ਰਹੇਗੀ ਤਦ ਤੱਕ ਅਪਰਾਧ ਵਧੇਗਾ, ਲੜਕੀਆਂ ਦੇ ਵਿਰੁੱਧ ਅਪਰਾਧ ਵਧੇਗਾ, ਐਕਸੀਡੈਂਟ ਜ਼ਿਆਦਾ ਹੋਣਗੇ। ਇਸ ਕਰਕੇ ਅਸੀਂ ਆਪਣਾ ਕੰਮ ਵੀ ਕਰੇ ਜਾ ਰਹੇ ਹਾਂ ਔਰ ਸਰਕਾਰ ਅੱਗੇ ਵੀ ਅਪੀਲ ਕਰਦੇ ਹਾਂ ਕਿ ਸ਼ਰਾਬ ਦੇ ਪੈਸੇ ਦਾ ਮੂੰਹ ਛੱਡ ਦੇਣ ਤਾਂ ਕਿ ਸਾਡਾ ਸਮਾਜ ਚੰਗਾ ਬਣ ਸਕੇ। ਅੰਮ੍ਰਿਤਸਰ ਤੋਂ ਗੁਰਜਿੰਦਰ ਸਿੰਘ ਕਿੰਗ ਦੀ ਰਿਪੋਰਟ, ਚੈਨਲ 2।